ਜਿਹੜੇ ਦੂਰ ਜਿਹੜੇ ਮੰਡੀਆਂ ਚ ਕੰਮ ਕਰਦੇ ਨੇ ਝੋਨਿਆਂ ਦਾ ਸ਼ੈਲਰਾਂ ਚ ਕੰਮ ਕਰਦੇ ਨੇ ਕੋਰੋਂ ਤੋਂ ਅੰਦਰ ਰੁਪਇਆ 10 ਪੈਸੇ ਲੈ ਰਿਹਾ ਇਹਨਾਂ ਨੂੰ ਕਿਸੇ ਨੂੰ 1 ਰੁਪਇਆ 30 1 ਰੁਪਇਆ 35 ਜਾਣੇ ਇੱਕ ਗੱਟੇ ਦੇ ਮਗਰ 1 ਰੁਪਇਆ 75 ਪੈਸੇ 80 ਪੈਸੇ ਇਕੱਲਾ ਠੇਕੇਦਾਰ ਖਾ ਰਿਹਾ ਆਖਾਂ ਗੱਟੇ ਦੇ ਮਗਰ ਤੁਸੀਂ ਦੇਖੋ ਵੀ ਕਰੋੜਾਂ ਰੁਪਇਆ ਉਹ ਇਹਨਾਂ ਮਜ਼ਦੂਰਾਂ ਦਾ ਖਾਜ ਮੈਂ ਕਹਿੰਦਾ ਆਪਾਂ ਕਿਨਾਰਾ ਲਾਉਨੇ ਆ ਬਾਈ ਕਿਸਾਨ ਮਜ਼ਦੂਰ ਇਕਤਾ ਜੰਦਾਬਾਦ ਅੱਜ ਕਿਸਾਨ ਕਿਉਂ ਨਹੀਂ ਖੜਦੇ ਬਾਈ ਨਾਲੇ ਖੜਨਾ ਚਾਹੀਦਾ ਯਾਰ ਲੁਧਿਆਣੇ ਦੇ ਵਿੱਚ ਹੀ ਕੋਈ ਭਈਆ ਛੱਡ ਨਹੀਂ ਰਿਹਾ ਨਾ ਤਿੰਨ ਦੁਕਾਨਾਂ ਕਰਾਏ ਤੇ ਲਈ ਬੈਠਾ ਬੜ ਬੜ ਕੇ ਬਹਿ ਗਈ ਤੂੰ ਇਹ ਦੇਖੋ ਨਾਲੇ ਭਈਆ ਉਹਦੇ ਕਬਜ਼ਾ ਕਰ ਗਿਆ ਨਾਲੇ ਭਈਆ ਪਰਚਾ ਕਰਾ ਗਿਆ ਇੱਥੇ ਸਸਤੇ ਦੇ ਮਾਰੇ ਜਾਂ ਕਿਸੇ ਲਾਲਚ 4 ਰੁਪਈਆ ਦੇ ਮਾਰੇ ਭੰਗਾਂ ਨੂੰ ਆਪਣੀਆਂ ਕੋਠੀਆਂ 'ਚ ਵਹਾ ਜਾਂਦੇ ਆ। ਉਹ ਪਿੰਡ ਦਾ ਬੰਦਾ ਗਰੀਬ ਮਾਤੜ ਉਹ ਜੇ ਬੰਦੇ ਨੂੰ ਬਿਠਾ ਦੋ ਉਹਨੂੰ 100 ਸੰਗ ਸ਼ਰਮ 100 ਝੇਪ ਹੁੰਦੀ ਹੈ। ਦਾਣਾ ਮੰਡੀ 'ਚ ਭੱਗੇ ਆਪਣੇ ਗਜ਼ੀਮਦਾਰ ਨੂੰ ਕੁਟਦੇ ਹੁੰਦੇ ਆ। ਬਾਕੀ ਜ਼ਿਮੀਦਾਰ ਖੜ ਕੇ ਤਮਾਸ਼ਾ ਦੇਖਦੇ ਹੁੰਦੇ ਆ। ਕਿਸੇ ਭਈਆ ਬੂਏ ਨੂੰ ਕਿਤੇ ਨਹੀਂ ਵੜਨ ਦੇਣਾ। ਜਿੱਥੇ ਸਾਡੇ ਬੰਦੇ ਕੰਮ ਕਰਨ ਵਾਲੇ ਖੜੇ ਆ। ਦੇ ਭਈਆ ਲੈ ਕੇ ਕੋਈ ਕੁੜੀ ਜੜੀ ਉੱਡ ਜਾਂਦਾ ਉਹਦੇ ਫਿਰ ਦਸਤ ਨਹੀਂ ਪੜਦੇ ਆ ਅਸੀਂ ਅੱਜ ਸਾਰੇ ਮੇਰੇ ਨਾਲ ਜਿਹੜੇ ਖੜੇ ਨੇ ਇਹ ਮਜ਼ਦੂਰ ਜਿਹੜੇ ਮੰਡੀਆਂ 'ਚ ਕੰਮ ਕਰਦੇ ਨੇ ਝੋਨਿਆਂ ਦਾ ਸ਼ੈਲਰਾਂ 'ਚ ਕੰਮ ਕਰਦੇ ਨੇ ਇਹ ਉਹ ਪੱਲੇਦਾਰ ਨੇ ਸਾਰੇ ਉੱਪਰੋਂ ਠੇਕੇਦਾਰ ਗਮਧੂਰ ਸਿੰਘ ਜਿਹੜਾ ਤਾਂ 10 ਰੁਪਏ 10 ਪੈਸੇ ਲੈ ਰਿਆ ਉਹ ਚਿੱਠੀਆਂ ਵੀ ਸਾਡੇ ਕੋਲੇ ਆਸੀ ਦਿਖਾਈਆਂ ਵੀ ਆ ਅੱਜ ਡੀਸੀ ਬਟੰਡਾ ਨੂੰ ਮਿਲੇ ਆ ਉਹਨਾਂ ਨੂੰ ਵੀ ਦਿਖਾਇਆ ਵੀ ਉੱਪਰੋਂ ਤਾਂ 10 ਰੁਪਏ 10 ਪੈਸੇ ਲੈ ਰਿਆ ਇਹਨਾਂ ਨੂੰ ਕਿਸੇ ਨੂੰ 1 ਰੁਪਿਆ 30 ਰੁਪਿਆ 35 ਜਾਣੇ ਇੱਕ ਗੱਟੇ ਦੇ ਮਗਰ 1 ਰੁਪਿਆ 75 ਪੈਸੇ 80 ਪੈਸੇ ਕੱਲਾ ਠੇਕੇਦਾਰ ਖਾ। ਇਹ ਲੱਖਾਂ ਗੱਟਾ ਜਿਹੜਾ ਸਾਰੀਆਂ ਮੰਡੀਆਂ ਸਾਰਾ ਜ਼ਿਲ੍ਹਾ ਉਹਦੇ ਕੋਲੇ ਆ। ਲੱਖਾਂ ਗੱਟੇ ਦੇ ਮਗਰ ਤੁਸੀਂ ਦੇਖੋ ਵੀ ਕਰੋੜਾਂ ਰੁਪਿਆ ਉਹ ਇਹਨਾਂ ਮਜ਼ਦੂਰਾਂ ਦਾ ਖਾਜੂ। ਹੁਣ ਇੱਥੇ ਡੀਸੀ ਸਾਹਿਬ ਨੇ ਮਿਲਿਆ ਇਹ ਗੱਲ ਧਿਆਨ ਚ ਲਿਆਂਦੀ ਆ। ਹੁਣ ਉਹ ਵੀ ਕੋਈ ਇੱਥੇ ਬਾਹ ਫੜਾਉਣ ਨੂੰ ਕੋਈ ਤਿਆਰ ਨਹੀਂ। ਹੁਣ ਇਹ ਪਹਿਲਾਂ ਵੀ ਅਸੀਂ ਇਹ ਗੱਲ ਕਹੀ ਹੈ ਕਿ ਇਹੀ ਠੇਕੇਦਾਰ ਗਮਧੂਰ ਵਰਗੇ, ਰਜੀਵ ਵਰਗੇ ਲਗਾਤਾਰ ਪਿਛਲੇ 25 30 ਸਾਲ ਤੋਂ ਪੂਰੇ ਬਠਿੰਡੇ ਤੇ ਕਾਬਜ ਨੇ ਹਰ ਵਾਰੀ ਟੈਂਡਰ ਇਹਨਾਂ ਕੋਲੇ ਹੁੰਦੇ ਆ ਇੱਥੇ ਸਾਨੂੰ ਹੁਣ ਇੱਥੇ ਮਹਿਕਮੇ ਵਾਲੇ ਕਹਿੰਦੇ ਜੀ ਟੈਂਡਰ ਇਹ ਪਾਲਣ ਇਹ ਗਰੀਬ ਕਿੱਥੋਂ ਪਾਲਣਗੇ ਟੈਂਡਰ ਟੈਂਡਰ ਨਿਕਲਦੇ ਕਿਹਦੇ ਕਹੇ ਤੇ ਆ ਆਪਾਂ ਨੂੰ ਇਹ ਨਹੀਂ ਕਿਹੜਾ ਪਤਾ ਨਹੀਂ ਇਹ ਕਹਿੰਦੇ ਆਨਲਾਈਨ ਟੈਂਡਰ ਪੈਂਦੇ ਆ ਚਾਹੇ ਆਨਲਾਈਨ ਟੈਂਡਰ ਪੈ ਜਾਣ ਇੱਥੇ ਕੱਢਣੇ ਦਾ ਇੱਥੇ ਹਾਲਾਤ ਤਾਂ ਉਹੀ ਆ ਜਿਹੜਾ ਬੰਦਾ ਤਾਂ ਤੋਂ ਸਿਆਸੀ ਜਿਹੀ ਸਰਕਾਰ ਬੈਠੀ ਆ ਜਿਹੜੇ ਐਮਐਲਏ ਨੇ ਜਾਂ ਮੰਤਰੀ ਨੇ ਕਹਿਤਾ ਉਹਦੇ ਕਹੇ ਬੰਦੇ ਠੇਕੇਦਾਰ ਚੜਾ ਕੇ ਮੋਟਾ ਰੁਪਿਆ ਪਹਿਲਾਂ ਇੱਕ ਅਕਾਲੀਆਂ ਵੇਲੇ ਮਲੂਕੇ ਨੂੰ ਚੜਾਉਂਦੇ ਰਹੇ ਰੁਪਿਆ ਮੋਟਾ ਕਾਂਗਰਸ ਕਾਣ ਚੜਾਉਂਦੇ ਰਹੇ ਆ ਹੁਣ ਆਮ ਆਦਮੀ ਪਾਰਟੀ ਨੂੰ ਚੜਾਉਣ ਲੱਗੇ ਆ ਪਿਛਲੇ ਵਾਰੀ ਬਲਕਾਰ ਸਿੱਧੂ ਹਲਕੇ ਵਾਲਾ ਫੂਲ ਤੋਂ ਐਮਐਲਏ ਆ ਇਹ ਕਹਿੰਦਾ ਜੀ ਮੈਂ 1 ਰੁਪਈਆ 90 1 ਰੁਪਈਆ 90 ਪੈਸੇ ਦਵਾਤੇ ਪਹਿਲੇ ਸਾਲ ਦੀ ਗੱਲ ਹੈ ਕਿੱਥੇ ਮਿਲਿਆ 1 ਰੁਪਈਆ 90 ਪੈਸੇ ਚੱਕ ਠੇਕ ਹਜ਼ਾਰ ਨੇ 20 ਲੱਖ ਉਹਦੇ ਨੂੰ ਚੜਾਤਾ ਹੋਣਾ ਤੇ ਚੱਕ ਇਹ ਆ ਆ ਵਿਚਾਰਾਂ ਦੀ ਲੁੱਟ ਤਾਂ ਇਹ ਨਾਲ ਹੀ ਹੋ ਰਹੀ ਹੈ ਯਾਰ ਇਹਦਾ ਗੱਬੇ ਹੋ ਗਏ ਢੂਗੀਆਂ ਟੁੱਟ ਗਈਆਂ ਜਿਹੜੇ ਬੰਦੇ ਨੇ ਬੋਰੀ ਚੱਕਣੀ ਆ ਸਿੱਟਣੀ ਉਹ 25 2 ਭੰਗਾ ਲਾਉਣੀਆਂ ਤਾਂ ਹਾਂ ਤੱਕ ਉਹਨੂੰ 1 ਰੁਪਿਆ 30 ਪੈਸੇ ਜਿੰਨਾ ਢੱਕਾ ਨਹੀਂ ਇਧਰੋਂ ਚੱਕ ਇਧਰ ਕਰਨਾ ਉਹ 1 ਰੁਪਿਆ 80 ਪੈਸੇ ਲੈ ਰਿਹਾ ਇਹ ਧੱਕਾ ਨਹੀਂ ਹੈਗਾ ਐਂ ਕਹਿੰਦਾ ਆਪਾਂ ਕਿਨਾਰਾ ਲਾਉਨੇ ਆ ਬਾਈ ਕਿਸਾਨ ਮਜ਼ਦੂਰ ਇਕੱਠਾ ਜੰਦਾਬਾਦ ਫਿਰ ਅੱਜ ਕਿਸਾਨ ਕਿਉਂ ਨਹੀਂ ਖੜਦੇ ਬਾਈ ਨਾਲ ਇਹਨਾਂ ਖੜਨਾ ਚਾਹੀਦਾ ਯਾਰ ਜਦੋਂ ਆਪਾਂ ਸਾਰਾ ਕਹਿੰਦੇ ਵੀ ਸਾਡਾ ਸਾਰਾ ਕੁਝ ਸਾਂਝਾ ਹੈ ਲੜਾਈ ਸਾਂਝੀ ਹੈ ਖੇਤ ਸਾਂਝੇ ਨੇ ਤਾਂ ਫਿਰ ਅੱਜ ਹੱਕ ਬਣਦਾ ਵੀ ਜਿੰਨੀਆਂ ਵੀ ਸਾਡੇ ਕਿਸਾਨਾਂ ਦੀਆਂ ਧਿਰਾਂ ਨਹੀਂ ਜਿੱਥੇ ਬੰਦੀਆਂ ਨੇ ਇਹਨਾਂ ਮਜ਼ਦੂਰਾਂ ਦੇ ਬਚਾਰਾ ਨਾਲ ਬਰਾਬਰਤਾ ਹੈ ਖੜ ਜੋ ਯਾਰ ਹੱਕ ਤਾਂ ਦਵਾ ਦਿਓ ਯਾਰ ਐਡਾ ਤਾਂ ਕੈਡੀ ਨੇਰ ਕਰਦੀ ਸੋ ਮੈਂ ਉਹਨਾਂ ਨੂੰ ਅਪੀਲ ਕਰਦਾ ਪਿੰਡਾਂ 'ਚ ਬੈਠੇ ਜਿਹੜੇ ਝੋਨਾ ਸਿੱਟੀ ਬੈਠੇ ਜ਼ਿੰਮੇਵਾਰ ਉਹਨਾਂ ਨੂੰ ਕਹਿਣਾ ਚਾਹੁੰਨਾ ਭਰਾਵੋ ਇਹਨਾਂ ਆਪਣੇ ਭਰਾਵਾਂ ਦੇ ਨਾਲ ਕਰੋ ਲੁੱਟ ਕਰ ਰਹੇ ਆ ਉੱਥੋਂ ਠੇਕੇਦਾਰ ਕਹਿੰਦਾ ਬਾਹਰੋਂ ਲਿਆ ਕੇ ਲੇਬਰ ਕੰਮ ਕਰਾ ਲੂੰਗਾ ਜਿਹੜੇ ਅੱਛਾ ਇਹ 25 25 30 ਸਾਲ ਦੇ ਕੰਮ ਕਰ ਰਹੇ ਆ ਇਹ ਕਿਧਰ ਜਾਣਗੇ ਭਾਈ ਇਹਨਾਂ ਨੇ ਜਵਾਬਖ ਨਹੀਂ ਪਾ ਲੈਣੇ ਉਹ ਕੀ ਕਰਦਾ ਮੁਰੇ ਬੰਦੇ ਪੱਟ ਲੈਂਦਾ ਜਿਹੜੇ ਮੁਰੇ ਲੜਨ ਵਾਲੇ ਹੁੰਦੇ ਆ ਕਿਸੇ ਨੂੰ 10000 ਦੇਦਾ ਕਿਸੇ ਨੂੰ 20000 ਦੇਦਾ ਮੁਰੇ ਪੱਟ ਲੈ ਬੰਦੇ ਮਗਰਲੇ ਜਿਹੜੇ ਵਿਚਾਰੇ ਮਹੱਤੜ ਗਰੀਬ ਇਹਨ ਪਹਿਲੀ ਵਾਰ ਹੀ ਪਤਾ ਲੱਗਿਆ ਕਿ ਵੀ ਚਿੱਠੀ ਕੱਢੋ ਜੀ ਆਪਣਾ ਮਖਣ ਸਿੰਘ ਜੀ ਪਹਿਲੀ ਵਾਰ ਹੀ ਪਤਾ ਲੱਗਿਆ ਜ्यों ਵਿਚਾਰੇ 25 25 30 ਦੀ ਸਾਲ ਤੋਂ ਕੋ 40 ਸਾਲ ਤੋਂ ਕੰਮ ਕਰ ਰਹੇ ਆ ਪਹਿਲੀ ਵਾਰ ਹੀ ਪਤਾ ਲੱਗਿਆ ਚਿੱਠੀ ਇਹਨਾਂ ਨੇ ਪਤਾ ਨਹੀਂ ਕਿਵੇਂ ਕਿਸ ਨੇ ਕਹਿ ਕਹਾ ਕੇ ਕੋ ਪਤਾ ਨਹੀਂ ਪਤਾ ਲੱਗਿਆ ਪਹਿਲੀ ਵਾਰ ਹੀ ਪਤਾ ਲੱਗਿਆ ਵੀ 3 ਰੁਪਇਆ 10 ਪੈਸੇ ਰੇਟ ਆ ਕਿ ਇਹਨੂੰ ਆਪਾਂ ਰੁਪਇਆ ਦੇਈ ਜਾਂਦਾ ਗਰੀਬ ਬੰਦੇ ਅਨਪੜ੍ਹ ਬੰਦੇ ਆ ਨਾ ਪਤਾ ਹੁੰਦਾ ਵੀ ਕਿੰਨਾ ਰੇਟ ਤੋਂ ਸਰਕਾਰ ਦੇ ਰਹੀ ਹੈ ਹੁਣ ਆ ਹੀ ਡੀ ਹਿਸਾਬ ਨੂੰ ਦਿਖਾ ਕੇ ਆਏ ਆ ਵੀ 3 ਰੁਪਇਆ 10 ਪੈਸੇ ਰੇਟ ਸਰਕਾਰ ਨੇ ਕੱਢੇ ਆ ਤੇ ਥੱਲੇ ਕਰ ਰਹੇ ਆ ਉਹ ਡੀਸੀ ਸਾਹਿਬ ਕਹਿੰਦੇ ਇਹਨਾਂ ਨੂੰ ਬੁਲਾਇਆ ਸੀ ਪੰਜ ਜਣਾਂ ਨੂੰ ਕਹਿੰਦੇ ਜੀ ਤੁਸੀਂ ਜੇ ਆਏ ਆਪਰੇਟ ਕਰਤਾ 2 ਰੁਪਏ ਤੁਹਾਨੂੰ ਦਵਾ ਦੇ ਇਹਦਾ ਬਜਾਰੇ 3 ਰੁਪਏ 10 ਪੈਸੇ ਵੀ ਨਹੀਂ ਇਹਦਾ ਕਹ ਦੋ ਰੁਪਏ ਦਵਾ ਦਿਓ ਉਹ ਕਹਿੰਦੇ ਜੀ 2 ਰੁਪਏ ਦਵਾਤੇ ਸਾਰੇ ਜਿਹਲੇ ਦਾ ਸਿਸਟਮ ਹਿੱਲ ਜੂ ਇਹਦਾ ਮਤਲਬ ਯਾਰ ਕਿੰਨੇ ਥਾਈ ਲੁੱਟ ਕਰ ਰਿਆ ਬੰਦਾ ਹੱਦ ਹੋ ਗਈ ਯਾਰ ਕੋਈ ਵੀ ਸੁਣਨ ਨੂੰ ਤਿਆਰ ਨਹੀਂ ਇੱਥੇ ਅਗਲਾ ਅਸੀਂ ਇਹਨਾਂ ਨਾਲ ਖੜੇ ਆ ਅਸੀਂ ਸਪਸ਼ਟ ਕਹਿ ਕੇ ਆਏ ਵੀ ਅਸੀਂ ਕਿਸੇ ਵੀ ਮੰਡੀ ਦੇ ਵਿੱਚ ਕੋਈ ਮਾਲ ਨਹੀਂ ਚੱਕਣ ਦੇਣਾ ਕਿ ਸਿਹਦਰ ਚ ਕੋਈ ਮਾਲ ਲਾਉਣ ਨਹੀਂ ਦੇਣਾ ਇਹਨਾਂ ਦਾ ਹੱਕ ਹੈ ਇਨਾਂ ਨੂੰ ਮਿਲਣਾ ਚਾਹੀਦਾ ਪਿਛਲੇ 30 40 40 ਸਾਲ ਤੋਂ ਕੰਮ ਕਰ ਰਹੇ ਨਾ ਅਸੀਂ ਕਿਸੇ ਵੀ ਬਾਹਰਲੀ ਲੇਬਰ ਨੂੰ ਜੇ ਉਹ ਕਹੂਗਾ ਠੇਕੇਦਾਰ ਵੀ ਮੈਂ ਅੱਛਾ ਇਹਨਾਂ ਨੂੰ ਕੱਢ ਕੇ ਬਾਹਰੋਂ ਲੈ ਕੇ ਲੇਬਰ ਚ ਕਾ ਲੂ ਅਸੀਂ ਇਹੀ ਗੱਲ ਉਸੇ ਕੀਤੀ ਸੀ ਵੀ ਜਿਹੜੀ ਵੀ ਲੇਬਰ ਉਹ ਲਿਆਊਗਾ ਮੰਨ ਲਓ ਕਿਤੋਂ ਵੀ ਲੇਬਰ ਲਿਆਉਂਦਾ ਹੋ ਕਦੋਂ ਮਜ਼ਦੂਰ ਲਿਆਉਂਦਾ ਸ਼ੋਸ਼ਣ ਤਾਂ ਉਹਨਾਂ ਦਾ ਵੀ ਹੋ ਰਿਹਾ ਹੱਕ ਤਾਂ ਉਹਨਾਂ ਦਾ ਹੀ ਮਰ ਰਿਹਾ ਉਹਨਾਂ ਨੂੰ ਕਿਹਾ ਉਹ ਪੂਰੇ 10 ਰੁਪਏ ਦੱਸ ਪਹਿਲਾਂ 2.5 ਰੁਪਏ ਜਾਂ 2 ਰੁਪਏ ਦੇ ਦਊਗਾ ਉਹਨਾਂ ਨੂੰ ਵੀ 1 ਰੁਪਿਆ 30 35 ਪੈਸੇ ਦੇ ਰਿਹਾ ਭਾਈ ਸਾਡੇ ਲੋਕਾਂ ਨੂੰ ਮੈਂ ਇਹ ਸਨੇਹਾ ਦੇਣਾ ਚਾਹੁੰਦਾ ਵੀ ਆਪਣੀਆਂ ਜ਼ਮੀਨਾਂ ਇਨ੍ਹਾਂ ਲੋਕਾਂ ਦੇ ਹਵਾਲੇ ਨਾ ਕਰੋ ਆਪਣੀਆਂ ਜਾਇਦਾਦਾਂ ਆਪਣੇ ਘਰ-ਬਾਰ ਇਹਨਾਂ ਦੇ ਹਵਾਲੇ ਨਾ ਕਰੋ ਕੱਲਾ ਤੇਜੀ ਸੰਧੂ ਦੀ ਘਟਨਾ ਨਹੀਂ ਇਹ ਘਟਨਾ ਹੋਰ ਹੋਈ ਹੈ ਇਹ ਘਟਨਾ ਕੱਲ ਹੀ ਮੇਰਾ ਮਿੱਤਰ ਦੱਸ ਰਿਹਾ ਸੀਗਾ ਕਿ ਲੁਧਿਆਣੇ ਦੇ ਵਿੱਚ ਹੀ ਕੋਈ ਭਈਆ ਛੱਡ ਨਹੀਂ ਰਿਹਾ ਦੁਕਾਨਾਂ ਤਿੰਨ ਦੁਕਾਨਾ ਕਰਾਇਤੇ ਲਈ ਬੈਠਾ ਉਹ ਬਾਹਰੋਂ ਕੈਨੇਡਾ ਤੋਂ ਆਇਆ ਪਰਿਵਾਰ ਭਈਆ ਕਹਿੰਦਾ ਛੱਡਦਾ ਨਹੀਂ ਮੈਂ ਤਾਂ ਮੀਟਰ ਲਵਾ ਲਿਆ ਜੀ ਮੈਂ ਤਾਂ ਬਿਜਲੀ ਵਾਲਾ ਬਿੱਲ ਮੈਂ ਭਰਦਾ ਜੀ ਆਪਣਾ ਪਾਣੀ ਵਾਲਾ ਬਿੱਲ ਮੈਂ ਭਰਦਾ ਹੀ ਟੂਟੀ ਲਵਾ ਲਈ ਜੀ ਮੈਂ ਉਹੀ ਹਾਲਾਤ ਤੇਜੀ ਸੰਧੂ ਨਾਲ ਜਿਹੜੀ ਉਹ ਕਲਾਕਾਰ ਆ ਕੁੜੀ ਨਾਲ ਹੋਏ ਆ ਉਹ ਬਜਾਰੀ ਪਿੱਟ ਗਈ ਪੜ ਪੜ ਕੇ ਬਹਿ ਗਈ ਤੁਸੀਂ ਇਹ ਦੇਖੋ ਨਾਲੇ ਭਈਆ ਉਹਦੇ ਕਬਜ਼ਾ ਕਰ ਗਿਆ ਨਾਲੇ ਭਈਆ ਪਰਚਾ ਕਰਾ ਗਿਆ ਪਰਚਾ 14 ਬੰਦਿਆਂ ਦੇ ਪਰਿਵਾਰ ਦੇ ਮੈਂਬਰਾਂ ਤੇ ਤੇਜੀ ਸੰਧੂ ਦੇ ਪਰਿਵਾਰ ਦੇ ਮੈਂਬਰਾਂ ਦੇ ਪਰਚਾ ਹੀ ਪੁਲਿਸ ਨੇ ਲੁਧਿਆਣਾ ਨੇ ਦਿੱਤਾ ਉਹ ਹਾਈ ਕੋਰਟ ਜਾਏ ਖੜ ਗਿਆ ਹਾਈ ਕੋਰਟ ਸਟੇ ਲੈ ਆਇਆ ਤਾਂ ਸਾਨੂੰ ਕਹਿਣਾ ਵੀ ਇੰਨਾ ਲੋਕਾਂ ਨੂੰ ਘਟੋ ਘੱਟ ਤੁਸੀਂ ਇੱਥੇ ਸਸਤੇ ਦੇ ਮਾਰੇ ਜਾਂ ਕਿਸੇ ਲਾਲਚ ਚਾਰ ਰੁਪਿਆ ਦੇ ਮਾਰੇ ਭੰਗਾਂ ਨੂੰ ਆਪਣੀਆਂ ਕੋਠੀਆਂ 'ਚ ਵਹਾ ਜੰਨੇ ਆ ਆਪਣੀਆਂ ਦੁਕਾਨਾਂ ਦੇ ਵਹਾ ਦੰਨੇ ਆ ਇਹ ਭੰਗਾਂ ਨੇ ਉੱਠਣਾ ਨਹੀਂ ਪੰਗੇ ਦੱਬਣਗੇ ਕੋਈ ਪਿੰਡ ਦਾ ਬੰਦਾ ਗਰੀਬ ਮਾਤੜ ਉਹ ਜੇ ਬੰਦੇ ਨੂੰ ਬਿਠਾ ਦੋ ਉਹਨੂੰ 100 ਸੰਗ ਸ਼ਰਮ 100 ਝੇਪ ਹੁੰਦੀ ਹੈ ਕੰਨ ਥੋੜੇ ਆਖੇ ਵੀ ਲੱਗਦਾ ਹੁੰਦਾ ਥੋੜਾ ਸਾਂਝਾਂ ਨੇ ਬੜੇ ਗੂੜੀਆਂ ਉਹਨਾਂ ਦੀਆਂ ਬੜੇ ਕਈ ਸਦੀਆਂ ਤੋਂ ਪੁਰਖਿਆਂ ਦੀਆਂ ਆਪਸ ਵਿੱਚ ਇਸ ਕਰਕੇ ਉਹ ਅਪੀਲ ਕਰਦਾ ਵੀ ਜੋ ਹਾਲਾਤ ਹੋ ਰਹੇ ਆ ਆਉਣ ਵਾਲੇ ਸਮੇਂ 'ਚ ਭਗੀਆਂ ਛੱਤਰ ਦਾ ਮਾਰਨ ਲੱਗ ਗਏ ਜ਼ਿੰਮੇਵਾਰ ਕੌਣ ਆ ਦਾਣਾ ਮੰਡੀ 'ਚ ਭਗੀਆਂ ਆਪਣੇ ਗੇ ਬਾਕੀ ਜ਼ਿੰਮੇਦਾਰ ਖੜ ਕੇ ਤਮਾਸ਼ਾ ਦੇਖਦੇ ਹੁੰਦੇ ਆ ਅੱਜ ਉਹਨੂੰ ਢਾਈ ਬੈਠਾ ਕਹਨ ਤੁਹਾਨੂੰ ਢਾਉਣਗੇ ਬਾਰੀ ਛੋਡੀ ਵੀ ਆਉਣੀ ਹੈ ਹੁਣ ਜਿਹੜਾ ਹੱਕ ਮਰ ਰਿਹਾ ਹੱਕ ਸਾਡੇ ਆ ਮਜ਼ਦੂਰਾਂ ਦਾ ਮਰ ਰਿਹਾ ਨਾ ਅੱਜ ਅੱਜ ਉਹੀ ਠੇਕੇਦਾਰ ਕਹਿੰਦਾ ਭਈ ਇਹ ਲੈ ਕੰਮ ਕਰਾ ਦੂੰਗਾ ਅਸੀਂ ਕਿਸੇ ਭਈ ਇਹ ਬੂ ਇਹਨੂੰ ਕਿਤੇ ਨਹੀਂ ਬੜਨ ਦੇਣਾ ਜਿੱਥੇ ਸਾਡੇ ਬੰਦੇ ਕੰਮ ਕਰਨ ਵਾਲੇ ਖੜੇ ਆ ਇਹ ਕਹਿੰਦੇ ਕੰਮ ਕਰਨ ਵਾਲੇ ਸਾਡੇ ਬੰਦੇ ਕੰਮ ਨਹੀਂ ਕਰਦੇ ਆ ਕੰਮ ਨਹੀਂ ਕਰਦੇ ਆ ਸਾਰੇ ਉਹ ਬੰਦੇ ਕੰਮ ਕਰਦੇ ਆ ਇਹਨੂੰ ਕੰਮ ਕਰਨ ਦੇ ਬਾਵਜੂਦ ਵੀ ਨਹੀਂ ਕੰਮ ਦਿੱਤਾ ਜਾਂਦਾ ਯਾਰ ਕੱਖ ਨਹੀਂ ਭਾਈ ਇਹਨਾਂ ਨੇ ਪੱਲੇ ਕੋਈ ਇਹਨਾਂ ਦਾ اخلاق ਕੁਈ ਜਮੀਰ ਨਹੀਂ ਕੋਈ ਇਨਸਾਨੀਅਤ ਨਹੀਂ ਠੀਕ ਆ ਜਿੱਥੇ 4 ਰੁਪਏ ਸਸਤੀ ਲੇਬਰ ਮਿਲਦੀ ਉਧਰ ਨੂੰ ਭਜਦੇ ਆ ਉਹ ਭਈਆ ਚਾਹੇ ਕੋਈ ਵੀ ਇਹਨਾਂ ਨੂੰ ਇਹ ਮਤਲਬ ਨਹੀਂ ਵੀ ਆਪਣੇ ਬੰਦੇ ਨੂੰ ਕੰਮ ਦੇਵੋਗੇ ਆਪਣੇ ਬੰਦੇ ਨੂੰ ਸਟੈਂਡ ਕਰੋਗੇ ਆਪਣਾ ਭਾਈਚਾਰਾ ਵਧੂਗਾ ਤੁਹਾਡੇ ਆਪਣੇ ਨਾਲ ਦੇ ਬੰਦੇ ਪੈਰਾਂ ਦੇ ਕੋਈ ਇਸ ਗੱਲੋਂ ਇਮਾਨਮੋਨ ਪੰਜਾਬ ਦੇ ਲੋਕਾਂ ਦਾ ਹਿੱਲਿਆ ਪਿਆ ਹਰ ਬੰਦਾ ਲਾਲਚ ਨੂੰ ਜਾਂਦਾ ਵੀ ਭਈਆ ਨੂੰ ਰੱਖਾਂਗੇ ਘੱਟ ਪੈਸੇ ਰੱਖਾਂਗੇ ਦਨ ਰਾਤ ਕੰਮ ਕਰਾਵਾਂਗੇ ਜਿੱਦ ਦੇ ਭਈਆ ਲੈ ਕੇ ਕੋਈ ਕੁੜੀ ਜੜੀ ਉੱਡ ਜਾਂਦਾ ਉਹਦੇ ਫਿਰ ਦਸਤਨੀ ਪੜਦੇ ਆ ਜਿੱਦ ਦੇ ਭਈਆ ਕੋਈ ਕੋਠੀ ਦਾ ਬਲੰਦਾ ਜਾਂ ਜ਼ਮੀਨ ਦਾ ਬਲੂਗਾ ਕੱਲ ਨੂੰ ਲੜਨ ਵਾਲੇ ਤੁਸੀਂ ਰਹਿਣਾ ਨਹੀਂ ਲੜਨ ਲੁੜਨ ਵਾਲੇ ਤੁਸੀਂ ਰਹਿਣਾ ਇੱਕ ਇੱਕ ਜਵਾਕ ਜੰਮੀ ਬੈਠੇ ਹਾਂ ਐਂ ਡਰੀਏ ਨਾ ਪਰਚਾ ਨਾ ਪੈ ਜੇ ਜਾਂ ਹੁੰਦਾ ਬਾਹਰ ਜਾਣਾ ਉੱਥੇ ਸਾਨੂੰ ਆਹ ਜਿਹੜੀ ਪੁਲਿਸ ਵਾਲੀ ਉਹ ਨਹੀਂ ਮਿਲਣੀ ਜੀ ਕੋਈ ਮੁਕੱਦਮਾ ਦਰਜ ਹੋ ਜਾਊਗਾ ਜੀ ਤੁਸੀਂ ਐਸੇ ਡਰ ਦੇ ਮਾਰੇ ਆਪਣੀਆਂ ਜ਼ਮੀਨਾਂ ਆਪਣੇ ਘਰਵਾਰ ਸਾਰੇ ਇਹਨਾਂ ਨੂੰ ਦਬਾਜੋਗੇ ਇਹਨਾਂ ਦੱਬ ਲੈਣੇ ਆ ਇਸ ਕਰਕੇ ਹਾਲਾਤ ਬਹੁਤ ਜ਼ਿਆਦੇ ਮਾੜਿਆ ਤਾਂ ਮੈਂ ਕਹਿਣਾ ਸਾਡੇ ਆ ਉਹ ਲੋਕ ਨੇ ਜਿਹੜੇ ਸਾਡੇ ਗੁਰੂ ਸਹਿਬਾਨਾਂ ਦੇ ਨਾਲ ਵੀ ਜੰਗਾਂ ਜੁੱਧਾਂ 'ਚ ਖੜ ਕੇ ਬਰਾਬਰ ਲੜੇ ਆ ਕਦੇ ਪਿੱਠ ਨਹੀਂ ਦਿਖਾਈ ਜਿਹੜੇ ਉਹ ਦੱਬੇ ਕੁਚਲੇ ਲਤਾੜੇ ਜਿਹਨੂੰ ਆਪਾਂ ਦਲਿਤ ਵੀ ਕਿਹਾ ਜਾਂਦਾ ਇਸ ਦੁਨੀਆ ਇਸ ਸਮਾਜ ਦੇ ਅੰਦਰ ਇਹ ਉਹ ਲੋਕ ਨੇ ਆ ਸਾਡਾ ਫਰਜ਼ ਨਹੀਂ ਬਣਦਾ ਉਹਨਾਂ ਨਾਲ ਖੜਨ ਦਾ ਇਹ ਹਾਲਾਤ ਦੇਖੋ ਕੀ ਆ ਯਾਰ ਗਰੀਬ ਬੰਦੇ ਦੇ ਹਾਲਾਤ ਕਿੰਨੇ ਮਾੜੇ ਆ ਭਾਈ ਕੋਈ ਬੰਦਾ ਬਿਮਾਰ ਹੋ ਜੇ ਮਰਦਾ ਖੜਾ ਨਹੀਂ ਛੱਡਦਾ ਮਰ ਕੇ ਖੜਾ ਛੱਡਦਾ ਉਹਦਾ ਇਲਾਜ ਉਹ ਨਹੀਂ ਕਰਾ ਸਕਦਾ ਜਵਾਗ ਚੰਗੇ ਸਕੂਲਾਂ 'ਚ ਉਹ ਨਹੀਂ ਪੜਾ ਸਕਦਾ ਨਾ ਉਹਦੇ ਘਰੇ ਕੋਈ ਦੁੱਧ ਆ ਨਾ ਦਹੀਂ ਆ ਨਾ ਕਿਓ ਵਾ ਕੀ ਉਹ ਤੇ ਗਰੀਬ ਦੇ ਘਰੇ ਹੈ ਕੀ ਯਾਰ ਕੋਈ ਪਸ਼ੂ ਨਹੀਂ ਹੋਣਾ ਕਿਹਦੇ ਗਰੀਬਾਂ ਦੇ ਘਰੇ ਕਿ ਮਾੜੇ ਮੋٹے ਹੁੰਦੇ ਸੀ ਤਾਂ ਮੈਂ ਕਹਿੰਦਾ ਬਾਈ ਇਹਨਾਂ ਦੇ ਨਾਲ ਖੜੋ ਇਹਨਾਂ ਇਸ ਹਮੇਸ਼ਾ ਸੋਡਾ ਪੱਖ ਪੂਰਨਗੇ ਇਹ ਕਿਹੜੇ ਪੱਠ ਨਹੀਂ ਦਿਖਾਉਂਦੇ ਕਿਹੜੇ ਦਗਾ ਨਹੀਂ ਦਿੰਦੇ ਇਸ ਕਰਕੇ ਪੀਲ ਆ ਪੰਜਾਬ ਦੇ ਲੋਕਾਂ ਨੂੰ ਛੱਡ ਦਿਓ ਛੋਟੇ ਮੋਟੇਆਂ ਗਰਜਾਂ ਪਿੱਛੇ ਲਾਲਚਾਂ ਪਿੱਛੇ ਨਜਿੱ ਪਿੱਛੇ ਤੁਸੀਂ ਨੁਕਸਾਨ ਬਹੁਤ ਵੱਡਾ ਖਿਲਾ ਲਓਗੇ ਇਹਨੂੰ ਅੱਜ ਸਮਝਣ ਦੀ ਲੋੜ ਆਪਣੇ ਲੋਕਾਂ ਸਾਥੇ ਰੋਟਾਂ ਲੈਣ ਵੇਲੇ ਸਾਰੇ ਹੀ ਹੁਣ ਇਹਨਾਂ ਨਲੀਆਂ ਚੱਟਣਗੇ ਆ ਕੇ ਜਵਾਕਾਂ ਦੀਆਂ ਹਾਂ ਹੁਣ ਹੋਰ ਕਿਉਂ ਇਹਨਾਂ ਦੇ ਲੀੜੇ ਧੋ ਕੇ ਜਾਣਗੇ ਆ ਹੁਣ 24 ਆਉਂ 24 ਲੈ ਲਿਆ ਉਹਨਾਂ ਨੇ 24 ਆਉਣੀ ਆ ਇਹਨਾਂ ਨਾਲ ਰੋਟੀਆਂ ਖਾਣਗੇ ਗਰੀਬਾਂ ਦੇ ਘਰਾਂ 'ਚ ਬੈਠ ਕੇ ਵੀ ਦੇਖੋ ਇਹ ਫੁਲਾਨ ਨਗਰੀ ਦੇ ਘਰੇ ਬੈਠ ਕੇ ਰੋਟੀ ਖਾ ਕੇ ਗਏ ਆ ਜਵਾਕਾਂ ਦਾ ਚੱਕ ਚੱਕੇ ਫੁੱਟਮਾ ਕਰਾਉਣਗੇ ਅੱਜ ਇਹਨਾਂ ਦੀ ਇਹਨਾਂ ਦੀ ਗੱਲ ਕਿਉਂ ਨਹੀਂ ਸੁਣਦਾ ਬਈ ਅੱਜ ਕਿੱਥੇ ਮਰੀਆਂ ਸਰਕਾਰਾਂ ਕਿੱਥੇ ਗਏ ਇੱਥੋਂ ਦੇ ਐਮ ਐਲ ਏ ਤੇ ਵਜ਼ੀਰ ਮੰਤਰੀ ਤੇ ਮੁੱਖ ਮੰਤਰੀ ਜੋ ਇੰਨਾ ਧੱਕਾ ਗਰੀਬਾਂ ਨਾਲ ਹੋ ਰਿਹਾ ਠੇਕੇਦਾਰ ਕਰ ਰਿਹਾ ਚਾਰਸਫ ਆ ਉਹੀ ਜਾ ਕੇ ਹੁਣ ਤੂੰ ਦੇਖ ਲਈ ਇਹੀ ਪਰ ਮੈਂ ਕਹਿੰਦਾ ਇਨਾਂ ਲੋਕਾਂ ਦੀ ਗਲਤੀ ਆ ਇਹ ਉਹਦੀ ਹਾਂ ਚਾਚਾ ਕਹੇਗਾ ਤਾਇਆ ਕਹੇਗਾ ਭਾਈ ਕਹੇਗਾ ਐ ਐਮਐਲਏ ਘਰੇ ਆ ਕੇ ਚਾਹ ਪੀ ਗਿਆ ਸਾਡੇ ਜਵਾਗਨਾ ਫੋਟੋ ਖਰਾ ਗਿਆ ਇਹ ਹੁੱਬੇ ਫਿਰਦੇ ਹੁੰਦੇ ਐਡੀ ਵੱਡੀ ਫੋਟੋ ਖਰਾ ਕੇ ਕੰਨ ਤੇ ਲਾਈ ਬੈਠੇ ਹੁੰਦੇ ਆ ਵੀ ਫੁਲਾਨੇ ਐਮਐਲਏ ਨਾਲ ਫੁਲਾਨੇ ਸਰਪੰਚ ਨਾਲ ਸਾਡੀ ਫੋਟੋ ਆ ਇਹਨਾਂ ਨੇ ਬੱਲੇ ਫੋਟਮੇ ਰਹਿ ਜਾਂਦੀਆਂ ਇਸ ਕਰਕੇ ਇਨਾਂ ਲੋਕਾਂ ਨੇ ਹਮੇਸ਼ਾ ਬਈ ਸੋਸ਼ਲ ਹੋਇਆ ਕੋਈ ਕਿਸੇ ਨੇ ਬਾਹ ਨਹੀਂ ਫੜੀ ਕੋਈ ਨਹੀਂ ਖੜਦਾ ਮੌਕੇ ਤੇ ਆ ਕੇ ਵੋਟਾਂ ਵੇਲੇ ਯਾਦ ਆਉਂਦੇ ਆ ਮੁੜ ਕੇ ਤੁਹਾਨੂੰ ਪਤਾ ਹੀ ਇਕੱਠੇ ਹੋਣ ਬਈ ਵੱਡੀ ਗੱਲ ਸਾਡੇ ਚ ਇੱਕੇ ਦੀ ਘਾਟ ਆ ਦੂਜੀ ਗੱਲ ਸਾਡੇ ਚ ਐਜੂਕੇਸ਼ਨ ਦੀ ਘਾਟ ਆ ਸਿੱਖਿਆ ਦੀ ਘਾਟ ਆ ਹੁਣ ਤੁਸੀਂ ਮੈਨੂੰ ਦੱਸੋ ਜੱਜ ਲੱਗੇ ਨੇ ਜਿਹੜੇ ਪਿੰਡਾਂ ਨੂੰ ਬੱਸਾਂ ਤੱਕ ਨਹੀਂ ਜਾਂਦੀਆਂ ਸੀ ਉਸ ਪਿੰਡਾਂ ਦੇ ਜਿਹੜੇ ਜਮ੍ਹਾਂ ਮਾਤੜ ਵਿਚਾਰੇ ਗਰੀਬ ਘਰਾਂ ਦੇ ਜਵਾਕ ਪਿਸਪਰ ਤੁਹਾਨੂੰ ਪੈਸੇ ਨਹੀਂ ਸੀਗੇ ਉਹਨਾਂ ਨੇ ਮਾਵਾ ਜਿਹਨਾਂ ਦੇ ਪਿਓ ਨੇ ਪਤਾ ਨਹੀਂ ਲੋਕਾਂ ਦੇ ਦਿਹਾੜੀਆਂ ਕਰਕੇ ਗੋਹੇ ਸਿਰ ਸਿਟ ਕੇ ਪੜ੍ਹਾਏ ਆ ਉਹ ਜੱਜ ਲੱਗ ਗਏ ਅੱਜ ਬਰਾਬਰ ਦੇ ਅੱਖ ਚੱਕ ਪਾਈ ਗੱਲ ਕਰਨ ਯੋਗਰੇ ਹੋਗੇ ਇਸ ਕਰਕੇ ਕਹਿਣਾ ਗਰੀਬਾਂ ਨੂੰ ਵੀ ਐਵੇਂ ਨਾ ਤੁਸੀਂ ਉਹੀ ਦਿਹਾੜੀਆਂ ਦੱਪੇ ਤੇ ਉਹੀ ਤੁਰੇ ਫਿਰੋ ਘਟਾ ਟੋਂਦੇ ਆਪਣੇ ਜਵਾਕਾਂ ਨੂੰ ਪੜਾ ਕੇ ਉਹਨਾਂ ਦੇ ਬਰਾਬਰ ਖੜੇ